ਦੂਜੀ ਕਿਸੀ ਅਸਰ ਦੂਜੀ ਅੱਛਾ ਸਾਫਾ ਬਣਿਆ ਜੀ ਨਹੀਂ ਤੇ ਨਹੀਂ ਤੇ ਲੰਗੇ ਸੀ ਕਿੰਨੀ ਸੱਟ ਹੈ ਥੋੜੀ ਸੱਟ ਹੈ 5-6 ਟਾਂ ਕੀ ਪੰਜ ਛੇ ਟਾਂ ਥੋੜਾ ਨਹੀਂ ਪਰਮਾਤਮਾ ਫਰਜ਼ ਦੇ ਉੱਤੇ ਡਿਊਟੀ ਦੇ ਉੱਤੇ ਕਿਸੇ ਕਿਸੇ ਨੂੰ ਇਸ ਉਪਾਅ ਨਹੀਂ ਦਿੰਦਾ ਜ਼ਿੰਦਗੀ ਦੇ ਵਿੱਚ ਬੜੇ ਟਾਈਮ ਆਉਂਦੇ ਆ ਲੇਕਿਨ ਇਸ ਟਾਈਮ ਦੇ ਉੱਤੇ ਜਦੋਂ ਪਤਾ ਲੱਗਦਾ ਨਾ ਸਾਡੇ ਅਰਗੇ ਭੱਜ ਜਾਂਦਾ ਪਰਮਾਤਮਾ ਤੈਨੂੰ ਜਲਦੀ ਠੀਕ ਕਰੇ ਪੰਜਾਬ ਇੱਕ ਹੈ ਇੱਕ ਸੀ ਇੱਕ ਰਹੂਗਾ ਪੰਜਾਬ ਪੰਜਾਬੀਅਤ ਦੇ ਵਿੱਚ ਬੰਨਿਆ ਹੋਇਆ ਹੈ ਇਹ ਵੋਟਾਂ ਦੀ ਸੌੜੀ ਰਾਜਨੀਤੀ ਕਰਕੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਫਿਰ ਪ੍ਰਿਆਸ ਹੋਏ ਜਿਹੜੇ ਲੋਕਾਂ ਨੇ ਆਪ ਪਹਿਰੇ ਨਾਲ ਮੰਨ ਕੇ ਰੋਕੇ ਕਿਉਂਕਿ ਭਰੋਸੇ ਯੋਗਤਾ ਖਤਮ ਹੋਈ ਜਾਂਦੀ ਹੈ ਲੋਕਾਂ ਦੀ ਤੇ ਹੁਣ ਇਹ ਬੰਬ ਧਮਾਕੇ ਇਹ ਸਾਫ ਦਰਸਾਉਂਦਾ ਕਿ ਇੱਕ ਖਾਸ ਕਮਿਊਨਿਟੀ ਦੀ ਪੋਲਰਾਈਜੇਸ਼ਨ ਦੇ ਵਾਸਤੇ ਉਹਨਾਂ ਨੂੰ ਅੱਡ ਕਰਨ ਦੇ ਵਾਸਤੇ ਉਹਨਾਂ ਨੂੰ ਡਰਾ ਕੇ ਭੈ ਤੰਤਰ ਦੇ ਨਾਲ ਲੋਕਤੰਤਰ ਨੂੰ ਡੰਡਾ ਤੰਤਰ ਬਣਾ ਕੇ ਇੱਕ ਐਸੇ ਪਾਸੇ ਮੋੜਿਆ ਜਾ ਰਿਹਾ ਜਿਹੜਾ ਪੰਜਾਬ ਦੇ ਲਈ ਬਹੁਤ ਖਤਰਨਾਕ ਹੈ ਇਹਦੇ ਚ ਪੰਜਾਬ ਇਨਵੋਲਵ ਨਹੀਂ ਇਹਦੇ ਚ ਸ਼ੱਕ ਦੇ ਘੇਰੇ ਚ ਏਜੰਸੀਆਂ ਆਉਂਦੀਆਂ ਜਿਨ੍ਹਾਂ ਨੂੰ ਕਠਪੁਤਲੀ ਬਣਾ ਲਿਆ ਵੱਡੀਆਂ ਵੱਡੀਆਂ ਸੰਸਥਾਵਾਂ ਨੂੰ ਕਠਪੁਤਲੀ ਬਣਾ ਲਿਆ ਲੋਕਤੰਤਰ ਦਾ ਡੰਡਾ ਤੰਤਰ ਬਣਾਤਾ ਗੁੰਡਾ ਤੰਤਰ ਬਣਾਤਾ ਔਰ ਪੰਜਾਬ ਦੀ ਪੰਜਾਬੀਅਤ ਦੇ ਸੋਸ਼ੋ ਇਕਨੋਮਿਕ ਫੈਬਰਿਕ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਇਹ ਦਾਅਵੇ ਨਾ ਕਹਿ ਸਕਦਾ ਪੰਜਾਬ ਨਾ ਹਿੰਦੂ ਨਾ ਮੁਸਲਮਾਨ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਉਗਰਾਂ ਦੀ ਆਵਾਜ਼ ਇੱਕ ਹੀ ਹੈ कोरोना धर्म नहीं देखता, जात नहीं देखता, अमीर गरीब ऊंच नीच नहीं देखता। कोरोना कोरोना सिर्फ मौका देखता है, लेकिन आप उसे मौका मत दीजिए। बस इतना कीजिए, जब कभी दफ्तर से बाजार से घर लौटिए तो इतना ख्याल जरूर रखिए कहीं आपके साथ कोरोना आपके घर तो नहीं जा रहा। भूलिए मत, कोरोना अभी जिंदा है।